ਅੱਜ ਮੈਂ ਗੱਲ ਕਰਾਂਗੀ ਹੌਮੇ ਦੇ ਬਾਰੇ ਵਿੱਚ ਗੁਰਬਾਣੀ ਵਿੱਚ ਵੀ ਹੌਮੇ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ ਹੌਮੇ ਦੀਰਘ ਰੋਗ ਹੈ दारू ਪੀ ਇਸਮਾ ਹੈ ਕਹਿੰਦਾ ਭਾਵ ਹੈ ਕਿ ਹੌਮੇ ਇੱਕ ਲੰਮਾ ਰੋਗ ਹੈ ਪਰ ਲਾ ਇਲਾਜ ਨਹੀਂ ਹੈ ਹੌਮੇ ਦੇ ਪੰਜ ਜਵਾਨ ਨੇ ਕਿਹੜੇ-ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਈਆਂ ਨੂੰ ਵਿੱਦਿਆ ਦੀ ਹਉਮੈ ਕਿਸੇ ਨੂੰ ਜਾਤ ਦੀ ਹਉਮੈ ਕਿਸੇ ਨੂੰ ਕਰਮਾਂ ਦੀ ਹਉਮੈ ਕਿਸੇ ਨੂੰ ਪਦਾਰਥਾਂ ਦੀ ਹਉਮੈ ਇਨਸਾਨ ਆਪਣੇ ਰਾਜ ਮਾਲ ਧਨ ਦੌਲਤ ਵਿਦਵਤਾ ਚਤਰਾਈ ਤੇ ਤਨ ਦੀ ਸੁੰਦਰਤਾ ਤੇ ਜੋ ਅਭਿਮਾਨ ਕਰਦਾ ਹੈ ਨਾ ਉਸ ਨੂੰ ਹੰਕਾਰ ਕਹਿੰਦੇ ਨੇ ਹਉਮੈ ਕਹਿੰਦੇ ਨੇ ਤੇ ਇਹ ਹੰਕਾਰ ਇਨਸਾਨ ਦੇ ਵਿੱਚ ਬਹੁਤ ਸਾਰੇ ਅਵਗਣ ਜਿਹੜੇ ਆ ਉਹ ਲੈ ਕੇ ਆਉਂਦਾ ਹੈ। ਇਨਸਾਨ ਨੂੰ ਖੁਦ ਗਰਜ ਬਣਾ ਦਿੰਦਾ ਹੈ। ਅੱਜ ਦੀ ਮੇਰੀ ਕਵਿਤਾ ਦਾ ਵਿਸ਼ਾ ਵੀ ਹੌਮੇ ਹੀ ਹੈ। ਜੋ ਸੁਰਜੀਤ ਸਿੰਘ ਜੀ ਦੀ ਲਿਖੀ ਹੋਈ ਹੈ। ਉਹਨਾਂ ਨੇ ਇਸ ਕਵਿਤਾ ਵਿੱਚ ਹੌਮੇ ਨੂੰ ਬਖੂਬੀ ਬਿਆਨ ਕੀਤਾ ਹੈ ਤੇ ਇਨਸਾਨ ਨੂੰ ਅਗਾਹ ਕੀਤਾ ਹੈ, ਸੰਦੇਸ਼ ਦਿੱਤਾ ਹੈ ਕਿ ਉਹ ਹੌਮੇ ਨੂੰ ਆਪਣੇ ਮਨ ਵਿੱਚੋਂ ਕੱਢੇ, ਆਪਣੇ ਜੀਵਨ ਵਿੱਚੋਂ ਕੱਢੇ। ਜਰਾ ਗੌਰ ਫਰਮਾਉਣਾ ਇੱਕ ਹਉਮੈ ਇੱਕ ਅੱਖਰ ਇਸ ਮੈਂ ਨੇ ਮੇਰੀ ਐਸੀ ਹੋਸ਼ ਭਲਾਈ ਦਿਨ ਰਾਤ ਫਿਰਾਂ ਮੈਂ ਮੈਂ ਕਰਦਾ ਮੈਂ ਦੀ ਸਮਝ ਨਾ ਆਈ ਬੱਕਰਾ ਫਿਰੇ ਜੇ ਮੈਂ ਮੈਂ ਕਰਦਾ ਲਾ ਦਿਨ ਧੌਣ ਕਸਾਈ ਮੈਂ ਫਿਰਾਂ ਮੈਂ ਮੈਂ ਕਰਦਾ ਗੇਠ ਪਰ ਤਾਉਣ ਵਧਾਈ ਜੰਗਲ ਫਿਰੇ ਜੇ ਮੇਮਣਾ ਮੈਂ ਮੈਂ ਕਰੇ ਦੁਹਾਈ ਨਾ ਸਮਝਨੀ ਜਾਣਦਾ ਕਰ ਮੈਂ ਮੈਂ ਮੌਤ ਬੁਲਾਈ ਕਈ ਆਏ ਕਈ ਚਲੇ ਗਏ ਮੈਂ ਮੈਂ ਕਰ ਦੁਹਾਈ ਮੈਂ ਮੈਂ ਕਰਦੇ ਮਰ ਮਿਟੇ ਪਰ ਮੈਂ ਨੂੰ ਮੌਤ ਨਾ ਆਈ ਮੈਂ ਫਿਰਾ ਮੈਂ ਵਿੱਚ ਭਰਿਆ ਉੱਚੀ ਨਜ਼ਰ ਉਠਾਈ ਕਈ ਥਾਂ ਇਸ ਮੈਂ ਨੇ ਮੇਰੀ ਬਣਦੀ ਬੰਤ ਬਣਾਈ ਇਸ ਮੈਂ ਤੋਂ ਦੁਖੀ ਹੋ ਕੇ ਮੈਂ ਲੱਗਾ ਮੈਂ ਦੀ ਕਰਨ ਸਫਾਈ ਸੋਚ ਸੋਚ ਹਾਰ ਗਿਆ ਪਰ ਕੁਛ ਵੀ ਸਮਝ ਨਾ ਆਈ ਇਸ ਮੈਂ ਨੂੰ ਮਾਰਨ ਦੀ ਮੈਂ ਕਈ ਵਾਰ ਵਿਉਂਤ ਬਣਾਈ ਆਪ ਡਿੱਗਾ ਖਾ ਖਾ ਝੋਟਾ ਪਰ ਮੈਨੂੰ ਆਜਨਾ ਨਹੀਂ ਆਈ ਕੀਲ ਪਟਾਰੀ ਮੈਨੂੰ ਪਾਲਾਂ ਬਣ ਜੋਗੀ ਬੀਨ ਵਜਾਈ ਫਨ ਤਾਣ ਸਪ ਖੜ ਗਿਆ ਆਕੇ ਮੇਰੀ ਨਾਨੀ ਯਾਦ ਕਰਾਈ ਫਿਰ ਲੈ ਮਿਰਚਾਂ ਕੌੜੀਆਂ ਮੈਂ ਐਸੀ ਧੂਣੀ ਪਾਈ ਖੰਗ ਖੰਗ ਅੱਖੀਆਂ ਰੋਈਆਂ ਮੇਰੀ ਅਕਲ ਟਿਕਾਣੇ ਆਈ ਹਾਰ ਥੱਕ ਬੈਠਾ ਰੱਬ ਦੇ ਚਰਨੀ ਹਾਰਥਕ ਬੈਠਾ ਰੱਬ ਦੇ ਚਰਨੀ ਰੱਬ ਵਿੱਚ ਸੁਰਤ ਲਗਾਈ ਮੈਂ ਮੈਂ ਨਾ ਤੂੰ ਰਹਾ ਮੈਂ ਰੱਬ ਦੀ ਰਹਿਮਤ ਪਾਈ ਉਸ ਦਿਨ ਤੋਂ ਮੈਂ ਕੱਢ ਜੁਬਾਨੋਂ ਗੰਗਾ ਡੁਬਕੀ ਲਾਈ ਤਨ ਮਨ ਸਭ ਨਿਰਮਲ ਕਰਿਆ ਮੈਂ ਵੀ ਮਾਰ ਮੁਕਾਈ ਧੰਨਵਾਦ ਉਸ ਰੱਬ ਦਾ ਕੀਤਾ ਜਿਸ ਨੇ ਮੈਂ ਤੋਂ ਜਾਨ ਛਡਾਈ ਤੁਸੀਂ ਵੀ ਇਸ ਮੈਨੂੰ ਛੱਡੋ ਮੈਂ ਨਾ ਕਿਸੇ ਦੀ ਭਾਈ ਤੁਸੀਂ ਵੀ ਇਸ ਮੈਨੂੰ ਛੱਡੋ ਮੈਂ ਨਾ ਕਿਸੇ ਦੀ ਭਾਈ ਥੈਂਕ ਯੂ